ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਰਕਾਰ ਨੂੰ ਵਪਾਰ ਬਣਾ ਦਿੱਤਾ ਹੈ। ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਲੋਕ ਹਿੱਤ ਭੁੱਲ ਚੁੱਕੀ ਹੈ। ਇਹ ਕਹਿਣਾ ਹੈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਮੈਂਬਰ ਲੋਕ ਸਭਾ ਸੁਨੀਲ ਜਾਖੜ ਦਾ। ਸੁਨੀਲ ਜਾਖੜ ਬਸੀ ਪਠਾਣਾ ਹਲਕੇ ਦੇ ਉੱਚਾ ਪਿੰਡ ਵਿੱਚ ਮੋਦੀ ਸਰਕਾਰ ਦੀਆਂ ਨਾਕਾਮੀਆਂ ਖਿਲਾਫ਼ ਕੀਤੇ ਰੋਸ ਪ੍ਰਦਰਸ਼ਨ ਮੌਕੇ ਸੰਬੋਧਨ ਕਰ ਰਹੇ ਸਨ। ਦੇਖੋ, ਜਿਸ ਤਰ੍ਹਾਂ ਮੋਦੀ ਸਾਹਿਬ ਦੀ ਸਰਕਾਰ ਦੀ ਗਲਤ ਨੀਤੀਆਂ ਨੂੰ ਚੱਲ ਕੇ ਅੱਜ ਕਿਸਾਨ ਹਰੇਕ ਵਰਗ ਦੇ ਉੱਤੇ ਜਿਹੜਾ ਬੋਝ ਪਿਆ ਤੇਲ ਦੀ ਵਧੀਆਂ ਕੀਮਤਾਂ ਨੂੰ ਲੈ ਕੇ, ਉਹਦੇ ਖਿਲਾਫ਼ ਅੱਜ ਮੁਜ਼ਾਹਰਾ ਸਾਡਾ ਸਟੇਟ ਲੈਵਲ 'ਤੇ, ਡਿਸਟ੍ਰਿਕਟ ਲੈਵਲ 'ਤੇ, ਬਲਾਕ ਲੈਵਲ 'ਤੇ, ਉਹਦੇ ਬਾਅਦ ਹੁਣ ਪਿੰਡੋ ਪਿੰਡ ਅਸੀਂ ਜਾ ਕੇ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ ਵੀ ਕਿਸ ਤਰ੍ਹਾਂ ਮੋਦੀ ਸਾਹਿਬ ਦੀ ਗਲਤ ਨੀਤੀਆਂ ਨੂੰ ਲੈ ਕੇ ਅੱਜ ਕਿਸਾਨ ਦੇ ਉੱਤੇ ਬੋਝ ਪੈ ਰਿਹਾ। ਜਿਹੜਾ ਪਿਛਲੇ ਸਾਲ ਤੋਂ ਲੈ ਕੇ ਹੁਣ ਤਾਂ ਹੀ ਡੀਜ਼ਲ ਦੇ ਰੇਟ ਤਕਰੀਬਨ 15 ਰੁਪਈਏ ਵੱਧ ਗਏ, ਅਤੇ ਹੁਣ ਜਦੋਂ ਝੋਨੇ ਦੀ ਬੁਆਈ ਦਾ ਸਮਾਂ, ਉਸ ਸਮੇਂ 'ਚ ਤੁਸੀਂ ਮੰਨ ਕੇ ਚੱਲੋ 100 ਲੀਟਰ ਤੋਂ ਲੈ ਕੇ 125 ਲੀਟਰ ਪਰ ਏਕੜ ਦੇ ਮਗਰ ਤੇਲ ਜਿਹੜਾ ਕਿਸਾਨ ਦਾ ਲੱਗਦਾ, ਉਹਦੇ ਉੱਤੇ ਤਕਰੀਬਨ 1500 ਲੈ ਕੇ 1800 ਰੁਪਈਏ ਪਰ ਏਕੜ ਦਾ ਬੋਝ ਮੋਦੀ ਸਾਹਿਬ ਨੇ ਜਿਹੜਾ ਪਾਇਆ ਉਹਦੇ ਖਿਲਾਫ਼। ਅਤੇ ਆਹੀ ਮੋਦੀ ਸਰਕਾਰ ਹੈ ਜਿਹੜੀ ਧਰਨੇ ਲਾ ਕੇ, ਜਦੋਂ 40 ਰੁਪਈਏ ਲੀਟਰ ਤੇਲ ਡੀਜ਼ਲ ਸੀਗਾ ਡਾਕਟਰ ਮਨਮੋਹਨ ਸਿੰਘ ਦੇ ਸਮੇਂ, ਉਦੋਂ ਮੋਦੀ ਸਾਹਿਬ ਧਰਨੇ ਲਾ ਰਹੇ ਸੀ, ਜੇਲ੍ਹ ਵਰਾਉਂਦਾ ਨੂੰ ਚਲਾ ਰਹੇ ਸੀ। ਇਸ ਬਹਿਰੀ ਸਰਕਾਰ ਨੂੰ ਕਿਸਾਨ ਦੀ ਅਤੇ ਦੇਸ਼ ਦੇ ਗਰੀਬਾਂ ਦੀ ਆਵਾਜ਼ ਪਹੁੰਚਾਉਣ ਵਾਸਤੇ ਆਹ ਇੱਥੇ ਧਰਨਾ ਲਾਇਆ। ਅਤੇ ਜੇ ਮੋਦੀ ਸਾਹਿਬ ਭੱਜਦੇ ਆਪਣੀ ਜ਼ਿੰਮੇਵਾਰੀ ਤੋਂ, ਕਿਉਂਕਿ ਕਿਸਾਨਾਂ ਪ੍ਰਤੀ ਜ਼ਿੰਮੇਵਾਰੀ ਬਣਤੀ ਹੈ ਸਰਕਾਰ ਦੀ, ਇਹਨਾਂ ਨੇ ਉਹਦੇ ਖਿਲਾਫ਼ ਸਾਡੇ ਆ ਸੰਘਰਸ਼ ਹੈ, ਉਹ ਜੇ ਹੱਥ ਖੜ੍ਹੇ ਕਰ ਦੇਣਗੇ, ਅਸੀਂ ਤਾਂ ਪੰਜਾਬ ਨੂੰ ਪਹਿਲਾਂ ਹੀ ਅਕਾਲੀਆਂ ਨੇ ਮਾਰ ਰੱਖਿਆ, 2.5 ਲੱਖ ਕਰੋੜ ਦਾ ਕਰਜ਼ਾ ਛੱਡ ਕੇ ਗਏ ਹੈ, ਅਸੀਂ ਕਿਸਾਨਾਂ ਦਾ ਕਰਜ਼ਾ ਮਾਫ਼ ਕਰ ਰਹੇ ਹਾਂ। ਕਰਜ਼ ਮਾਫ਼ੀ ਦੇ ਬਾਵਜੂਦ ਵੀ ਜਿਹੜਾ ਕਿਸਾਨਾਂ ਦੀ ਆਤਮਹੱਤਿਆ ਦਾ ਸਿਲਸਿਲਾ, ਦੇਖੋ ਬਿਲਕੁਲ ਮੈਂ ਤੁਹਾਡੀ ਇਸ ਗੱਲ ਤੋਂ ਸਹਿਮਤ ਹਾਂ, ਇਸੇ ਕਰਕੇ ਮੈਂ ਕਹਿ ਰਿਹਾ ਵੀ ਆ ਜ਼ਿੰਮੇਵਾਰੀ ਇਕੱਲੇ ਪੰਜਾਬ ਸਰਕਾਰ ਦੀ ਨਹੀਂ, ਹਿੰਦੁਸਤਾਨ ਦੀ ਸਰਕਾਰ ਦੀ ਹੈ। ਇਹਦੇ ਵਾਸਤੇ ਅਸੀਂ ਕੋਸ਼ਿਸ਼ ਜੋ ਕੁਛ ਕਰ ਰਹੇ ਹਾਂ, ਪਰ ਇਹਦੇ ਨਾਲ ਇੱਕ ਜਿਹੜਾ ਆਸ਼ਾ ਦੀ ਜਿਹੜੀ ਕਿਰਨ ਲੱਗਦੀ ਹੈ ਵੀ 2/3 ਜਿਹੜੀ ਹੈ ਆਤਮ ਹੱਤਿਆ ਘੱਟ ਹੋਈ ਹੈ, ਪਰ ਇੱਕ ਕਿਸਾਨ ਵੀ ਆਤਮ ਕਰਦਾ, ਉਹ ਮੈਂ ਸਮਝਦਾ ਕਿਸੇ ਵੀ ਸਰਕਾਰ ਵਾਸਤੇ ਸ਼ਰਮਿੰਦਗੀ ਦਾ ਮੁਕਾਮ ਹੈ। ਅਸੀਂ ਆਪਣੇ ਕੰਨੋਂ ਪੂਰਾ ਕੋਸ਼ਿਸ਼ ਕਰ ਰਹੇ ਹਾਂ, ਹਰੇਕ ਹਰ ਸੰਭਵ ਪ੍ਰਯਾਸ ਕੀਤਾ ਜਾ ਰਿਹਾ। ਤਕਰੀਬਨ 2.25 ਲੱਖ ਲੋਕਾਂ ਦੇ ਜਿਹੜੇ ਕੋਆਪਰੇਟਿਵ ਸੁਸਾਇਟੀਜ਼ ਦੇ ਕਰਜ਼ੇ ਸੀਗੇ ਉਹ ਅਸੀਂ ਮਾਫ਼ ਕਰਤੇ, 10.25 ਲੱਖ ਕਿਸਾਨ ਜਿਹੜੇ ਪਰਿਵਾਰ ਹੈ ਉਹਨਾਂ ਦਾ ਕਰਜ਼ਾ ਮਾਫ਼ ਕਰਨ ਦਾ ਸਾਡਾ ਟੀਚਾ ਹੈ, ਉਹਨੂੰ ਅਸੀਂ ਪੂਰੇ ਕਰਕੇ ਰਵਾਂਗੇ। ਉਹਦੇ ਬਾਅਦ ਜੋ ਵੀ ਸਾਡੇ ਤੋਂ ਬਣਦਾ ਹੋਊਗਾ ਉਹ ਵੀ ਕਰਾਂਗੇ, ਪਰ ਮੋਦੀ ਸਾਹਿਬ ਜਿਹੜੇ ਕਹਿੰਦੇ ਕਿਸਾਨਾਂ ਦੀ ਆਮਦਨ ਦੁੱਗਣੀ ਕਰ ਦੂੰਗਾ, ਉਹਨਾਂ ਨੂੰ ਸ਼ਾਇਦ ਆਮਦਨ ਅਤੇ ਖਰਚੇ ਦੇ ਅੰਦਰ ਪਤਾ ਫਰਕ ਨਹੀਂ, ਆਹ ਜਿਹੜਾ ਖਰਚਾ ਦੁੱਗਣਾ ਕਰਤਾ, ਅੱਜ ਬੋਲਦਾ ਹੀ ਕੋਈ ਨਹੀਂ, ਕੋਈ ਸੁਣਦਾ ਹੀ ਕੋਈ ਨਹੀਂ, ਕੋਈ ਆਵਾਜ਼ ਨਹੀਂ ਲੈਂਦੇ ਕੋਈ, ਉਸ ਬਹਿਰੀ ਸਰਕਾਰ ਦੇ ਖਿਲਾਫ਼ ਸਾਡਾ ਆਹ ਮੁਹਿੰਮ ਹੈ। ਅਤੇ ਇਹਦੇ ਕਰਕੇ ਕਿਸਾਨ ਦੇ ਵਧੇ ਕਰਜ਼ੇ ਕਰਕੇ, ਖਰਚੇ ਕਰਕੇ ਉਹਦੇ 'ਤੇ ਆਤਮ ਹੱਤਿਆ ਹੋ ਰਹੀ ਹੈ। ਮੋਦੀ ਸਾਹਿਬ ਨੂੰ ਆਹੀ ਅਸੀਂ ਜਾਗਰੂਕ ਕਰਵਾਉਣਾ ਚਾਹੁੰਦੇ।